ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 19 ਅਕਤੂਬਰ ਨੂੰ ਕੱਲੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਐਸਜੀਬੀਸੀ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ 18 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਏਗਾ ਪੰਜਾਬ ਦੇ ਵਿੱਚ ਅੱਜ ਉਗਰਾਹਾ ਜਥੇਬੰਦੀ ਦੀ ਅਗਵਾਈ ਦੇ ਵਿੱਚ ਕਈ ਟੋਲ ਪਲਾਜ਼ੇ ਪਰਚੀ ਮੁਕਤ ਕਰ ਦਿੱਤੇ ਗਏ ਨੇ ਛੋਨੇ ਦੀ ਸਰਕਾਰੀ ਖਰੀਦ ਪੰਜਾਬ ਦੀਆਂ ਸਾਰੀਆਂ ਮੰਡੀਆਂ ਚਾਰੂ ਟੰਗ ਨਾਲ ਸ਼ੁਰੂ ਨਾ ਹੋਣ ਦੇ ਰੋਸ ਵਿੱਚ ਗ੍ਰਾਹਾਂ ਜਥੇਬੰਦੀ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਧਰਨੇ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਇਸ ਦਾ ਰਲਿਆ ਮਿਲਿਆ ਹੰਗਾਰਾ ਹੀ ਮਿਲਿਆ ਹੈ ਲੱਡਵਾਲ ਟੋਲ ਪਲਾਜ਼ਾ ਦੀ ਗੱਲ ਕਰ ਲਈਏ ਤਾਂ ਇੱਥੇ ਜਿਵੇਂ ਹੀ ਕਿਸਾਨ ਜਥੇਬੰਦੀਆਂ ਪਹੁੰਚੀਆਂ ਪੁਲਿਸ ਵੀ ਨਾਲ ਹੀ ਪਹੁੰਚ ਗਈ ਦੋਵਾਂ ਤਰ੍ਹਾਂ ਦੇ ਵਿੱਚ ਗੱਲਬਾਤ ਹੋ ਗਈ ਤੇ ਪੁਲਿਸ ਇਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋ ਗਈ ਕਿਸਾਨਾਂ ਨੂੰ ਕਿ ਦੋ ਦਿਨ ਦਾ ਸਮਾਂ ਦਿਓ ਸਾਨੂੰ ਜੇ ਦੋ ਦਿਨ ਬਾਅਦ ਵੀ ਮਸਲਾ ਹੱਲ ਨਾ ਹੋਇਆ ਤਾਂ ਫਿਰ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਇਸ ਕਰਕੇ ਇਥੋਂ ਕਿਸਾਨ ਬਿਨਾ ਧਰਨਾ ਲਾਏ ਵਾਪਸ ਪਸੇ ਚਲੇ ਗਏ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਝੋਨੇ ਦੀ ਖਰੀਦ ਨਾ ਹੋਣ ਤੋਂ ਨਾਰਾਜ਼ ਕਿਸਾਨਾਂ ਨੇ ਚੌਂਕੀਵਾਂ ਟੋਲ ਪਲਾਜ਼ਾ ਤੇ ਟੋਲ ਪਰਚੀ ਮੁਕਤ ਕਰ ਦਿੱਤਾ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਤੇ ਟੋਲ ਪਲਾਜ਼ੇ ਪਰਚੀ ਮੁਕਤ ਕੀਤੇ ਗਏ। ਰੇਲਵੇ ਟਿਕਟਿੰਗ ਦੇ ਨਿਯਮ ਬਦਲ ਜਾਣਗੇ। 1 ਨਵੰਬਰ 2024 ਤੋਂ ਐਡਵਾਂਸ ਟਿਕਟ ਬੁਕਿੰਗ ਦੇ ਦਿਨ ਘਟਾ ਦਿੱਤੇ ਗਏ ਨੇ। 120 ਦਿਨਾਂ ਦੀ ਥਾਂ 60 ਦਿਨ ਪਹਿਲਾਂ ਹੀ ਐਡਵਾਂਸ ਬੁਕਿੰਗ ਹੋ ਸਕੂਗੀ। ਯਾਨੀ ਕਿ ਸਿਰਫ 2 ਮਹੀਨੇ ਪਹਿਲਾਂ ਹੀ ਤੁਸੀਂ ਐਡਵਾਂਸ ਬੁਕਿੰਗ ਕਰ ਸਕਦੇ ਹੋ। 3 ਮਹੀਨੇ ਜਾਂ 4 ਮਹੀਨੇ ਪਹਿਲਾਂ ਨਹੀਂ ਕਰ ਸਕਦੇ। ਹਾਲਾਂਕਿ ਜਿਨ੍ਹਾਂ ਨੇ ਪਹਿਲਾਂ ਹੀ 120 ਦਿਨ ਪਹਿਲਾਂ ਬੁਕਿੰਗ ਕਰਵਾ ਰੱਖੀ ਹੈ, ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਦੀ ਟਿਕਟਾਂ ਕੈਂਸਲ ਨਹੀਂ ਹੋਣਗੀਆਂ। ਬੱਸਾਂ ਦੇ ਸਮਾਨ ਨੂੰ ਲੈ ਕੇ ਹਿਮ ਟ੍ਰਾਂਸਪੋਰਟ ਵਿਭਾਗ ਨੇ ਨਵੇਂ ਨਿਯਮ ਲਾਗੂ ਕੀਤੇ ਨੇ ਬੱਸਾਂ ਵਿੱਚ ਲੱਗੇ ਚਪਾਲੀਸਿ ਵਿੱਚ ਬਦਲਾਅ ਕਰਕੇ ਸਮਾਨ ਤੇ ਵਾਧੂ ਟਿਕਟ ਚਾਰਜ ਕਰਨ ਦਾ ਫਰਮਾਨ ਸੁਣਾਇਆ ਗਿਆ ਸੀ ਜਿਹੜਾ ਕੁਝ ਦਿਨ ਪਹਿਲਾਂ ਇਸ ਨੂੰ ਵਾਪਸ ਲੈ ਲਿਆ ਗਿਆ ਐਚ ਆਰਟੀਸੀ ਨੇ ਸਾਫ਼ ਕੀਤਾ ਕਿ ਘਰੇਲੂ ਸਮਾਨ ਤੇ ਕਿਰਾਇਆ ਨਹੀਂ ਲਿਆ ਜਾਊਗਾ ਯਾਤਰੀ ਆਪਣੇ ਨਾਲ 2 ਬੈਗਾਂ ਦੇ ਵਿੱਚ 30 ਕਿਲੋ ਤੱਕ ਸਮਾਨ ਬੱਸਾਂ ਵਿੱਚ ਲਿਜਾ ਸਕਦੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਪਜੀ ਦੇ ਵਿੱਚ 10 ਅਕਤੂਬਰ ਤੋਂ ਹੜਤਾਲ ਤੇ ਬੈਠੇ 3000 ਤੋਂ ਵੱਧ ਆਊਟਸੋਰਸ ਮੁਲਾਜ਼ਮਾਂ ਨੂੰ ਫੌਰੀ ਕੰਮ ਤੇ ਪਰਤਣ ਦੇ ਹੁਕਮ ਦਿੱਤੇ ਨੇ ਜਿਨ੍ਹਾਂ ਨਾ ਕਰਨ ਦੀ ਹਾਲਤ ਵਿੱਚ ਚੰਡੀ ਬਾਈ ਕਰਨ ਦੇ ਲਈ ਕਿਹਾ ਗਿਆ ਹੈ ਅਦਾਲਤ ਨੇ ठेकेदारਾਂ ਨੂੰ 4 ਨਵੰਬਰ ਲਈ ਨੋਟਿਸ ਵੀ ਜਾਰੀ ਕੀਤਾ ਹੈ ਮੁਲਾਜ਼ਮਾਂ ਦੀ ਹੜਤਾਲ ਦੀ ਵਜ੍ਹਾ ਕਰਕੇ ਪੀਜੀਆਈ ਦੇ ਵਿੱਚ ਗੰਦਗੀ ਦੇ ਢੇਰ ਵੀ ਲੱਗੇ ਪਏ ਨੇ ਤੇ ਬੁੱਧਵਾਰ ਨੂੰ ਡਾਕਟਰਾਂ ਨੇ ਵਲੰਟੀਅਰਾਂ ਦੇ ਨਾਲ ਰਲ ਕੇ ਖੁਦ ਪੂਰੇ ਹਸਪਤਾਲ ਦੀ ਸਫਾਈ ਕੀਤੀ ਸੀ ਜਸਟਿਸ ਸੰਜੀਵ ਖੰਨਾ ਸੁਪਰੀਮ ਕੋਰਟ ਦੇ 51ਵੇਂ ਚੀਫ ਜਸਟਿਸ ਹੋਣਗੇ ਸੀਵਾਈ ਸੀਜੀਆਈ ਡੀਵਾਈ ਚੰਦਰ ਚੂੜ ਨੇ ਸਰਕਾਰ ਨੂੰ ਉਹਨਾਂ ਦੇ ਨਾਮ ਦੀ ਸਿਫਾਰਿਸ਼ ਭੇਜ ਦਿੱਤੀ ਹੈ ਸੀਜੀਆਈ ਚੰਦਰ ਚੂੜ 10 ਨਵੰਬਰ 2024 ਨੂੰ ਸੇਵਾਮੁਕਤ ਹੋ ਜਾਣ گے ਰਵਾਇਤ ਹੈ ਕਿ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਆਪਣੇ ਉੱਤਰ ਅਧਿਕਾਰੀ ਦੇ ਨਾਮ ਦੀ ਸਿਫਾਰਿਸ਼ ਉਦੋਂ ਹੀ ਕਰਦੇ ਨੇ ਜਦੋਂ ਉਹਨਾਂ ਨੂੰ ਕਾਨੂੰਨ ਮੰਤਰਾਲੇ ਵੱਲੋਂ ਜਿਹਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਸੁਪਰੀਮ ਕੋਰਟ ਦੇ ਜੱਜ ਵਜੋਂ ਜਸਟਿਸ ਖੰਨਾ ਨੇ 65 ਫੈਸਲੇ ਲਿਖੇ ਹਨ ਇਸ ਸਮੇਂ ਦੌਰਾਨ ਉਹ ਲਗਭਗ 275 ਬੈਂਚਾਂ ਦਾ ਹਿੱਸਾ ਰਹੇ ਹਨ ਜਸਟਿਸ ਖੰਨਾ ਦਾ ਕਾਰਜਕਾਲ 6 ਮਹੀਨੇ ਦਾ ਹੋਵੇਗਾ ਜਸਟਿਸ ਖੰਨਾ ਨੂੰ 32 ਜੱਜਾਂ ਦੀ ਅਣਦੇਖੀ ਕਰਕੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਨੂੰ ਲੈ ਕੇ ਵੱਡਾ ਵਿਵਾਦ ਵੀ ਹੋਇਆ ਸੀ ਸੁਪਰੀਮ ਕੋਰਟ ਦੇ ਵਿੱਚ ਲੇਡੀ ਆਫ ਜਸਟਿਸ ਯਾਨੀ ਕਿ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਸਥਾਪਿਤ ਕੀਤੀ ਗਈ ਹੈ ਜੱਜਾਂ ਦੀ ਲਾਇਬ੍ਰੇਰੀ ਦੇ ਵਿੱਚ ਨਿਆਂ ਦੀ ਦੇਵਤੀ ਦੀ ਇਹ ਮੂਰਤੀ ਸਥਾਪਿਤ ਹੋਈ ਹੈ ਇਸ ਮੂਰਤੀ ਵਿੱਚ ਨਵੀਂ ਤੇ ਬਦਲਵੀਂ ਗੱਲ ਇਹ ਹੈ ਕਿ ਪਹਿਲਾਂ ਨਿਆਂ ਦੀ ਦੇਵੀ ਦੀ ਮੂਰਤੀ ਦੇ ਇੱਕ ਹੱਥ ਵਿੱਚ ਤੱਕੜੀ ਦੂਜੇ ਹੱਥ ਵਿੱਚ ਤਲਵਾਰ ਤੇ ਅੱਖਾਂ ਤੇ ਪੱਟੀ ਬੰਨੀ ਹੁੰਦੀ ਸੀ ਤੇ ਹੁਣ ਨਵੇਂ ਭਾਰਤ ਦੇ ਹੁਣ ਭਾਰਤ ਦੀ ਨਵੀਂ ਨਿਆਂ ਦੀ ਦੇਵੀ ਦੀਆਂ ਅੱਖਾਂ ਤੋਂ ਪੱਟੀ ਹਟਾ ਦਿੱਤੀ ਗਈ ਹੈ ਸੰਵਿਧਾਨ ਤਲਵਾਰ ਦੀ ਬਜਾਏ ਉਹਨਾਂ ਦੇ ਹੱਥਾਂ ਵਿੱਚ ਆ ਗਿਆ ਯਾਨੀ ਕਿ ਤਲਵਾਰ ਦੀ ਬਜਾਏ ਹੁਣ ਉਹਨਾਂ ਦੇ ਹੱਥਾਂ ਵਿੱਚ ਸੰਵਿਧਾਨ ਦੇ ਦਿੱਤਾ ਗਿਆ ਨਵੀਂ ਮੂਰਤੀ ਦਾ ਆਰਡਰ ਸੀਜੀਆਈ ਡੀਵਾਈ ਚੰਦਰ ਚੂੜਨੇ ਦਿੱਤਾ ਸੀ ਇਸ ਇਸ ਦਾ ਮਕਸਦ ਇਹੀ ਸੰਦੇਸ਼ ਦੇਣਾ ਹੈ ਕਿ ਦੇਸ਼ ਵਿੱਚ ਕਾਨੂੰਨ ਅੰਨਾ ਨਹੀਂ ਹੈ ਇਹ ਸਿਰਫ ਜ਼ਿਆਦਾ ਪ੍ਰਤੀਕ ਨਹੀਂ ਹੈ ਪੁਰਾਣੀ ਮੂਰਤੀ ਤੇ ਅੱਖਾਂ ਤੇ ਪੱਟੀ ਬੰਨੀ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਹਰ ਕੋਈ ਬਰਾਬਰ ਹੈ ਜਦ ਕਿ ਤਲਵਾਰ ਅਧਿਕਾਰ ਤੇ ਨਿਆਂ ਨੂੰ ਸਜ਼ਾ ਦੇਣ ਦੀ ਸ਼ਕਤੀ ਦਾ ਪ੍ਰਤੀਕ ਸੀ ਤੱਕੜੀ ਨੂੰ ਮੂਰਤੀ ਦੇ ਸੱਜੇ ਹੱਥ ਵਿੱਚ ਬਰ ਉਸੇ ਤਰ੍ਹਾਂ ਰੱਖਿਆ ਗਿਆ ਦੋ ਚਿੰਨ ਬਦਲੇ ਗਏ ਹਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ 33000 ਤੋਂ ਵੱਧ ਸ਼ਰਧਾਲੂਆਂ ਨੇ ਦੇਸ਼ ਦੇ ਵੱਖ-ਵੱਖ ਤੀਰਥ ਸਥਾਨਾਂ ਤੇ ਮੁਫਤ ਯਾਤਰਾ ਦਾ ਲਾਭ ਲਿਆ ਹੈ ਇਸ ਸਕੀਮ ਦੀ ਸ਼ੁਰੂਆਤ 27 ਨਵੰਬਰ 2023 ਨੂੰ ਹੋਈ ਸੀ ਜਿਸ ਤਹਿਤ ਪੰਜਾਬ ਦੇ 60 ਸਾਲ ਤੋਂ ਵੱਧ ਉਮਰ ਦੇ ਆਰਥਿਕ ਪੱਖੋਂ ਕਮਜ਼ੋਰ ਬਜ਼ੁਰਗਾਂ ਨੂੰ ਦੇਸ਼ ਭਰ ਦੇ ਤੀਰਥ ਸਥਾਨਾਂ ਦੀ ਮੁਫਤ ਯਾਤਰਾ ਕਰਵਾਈ ਜਾਂਦੀ ਹੈ ਇਸ ਦੀ ਜਾਣਕਾਰੀ ਅੰਕੜਿਆਂ ਦੀ ਜਾਣਕਾਰੀ ਪੰਜਾਬ ਸਰਕਾਰ ਨੇ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਦੇ ਵਿੱਚ ਜਨਮੇ ਸੀ ਇਹ ਮਾਨ ਨੂੰ ਪ੍ਰਧਾਨ नरेंद्र दे दे मंत्री नरेंद्र मोदी आप सुप्रीम अरविंद केजरीवाल मनीष सोदिया तमिलनाडु ਤੇ ਅਸਾਮ ਦੇ ਮੁੱਖ ਮੰਤਰੀਆਂ ਸਮੇਤ ਕਈ ਸਾਰੇ ਲੀਡਰਾਂ ਨੇ ਵਧਾਈ ਦਿੱਤੀ ਹੈ ਉਹਨਾਂ ਦੇ ਕੈਬਨਿਟ ਦੇ ਸਾਥੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਮੁੱਖ ਮੰਤਰੀ ਮਾਨ ਨੂੰ ਵਧਾਈ ਦੇ ਸੁਨੇਹੇ ਭੇਜੇ ਤੇ ਆਪਣੇ ਜਨਮ ਦਿਨ ਮੌਕੇ ਮੁੱਖ ਮੰਤਰੀ ਮਾਨ ਅੰਮ੍ਰਿਤਸਰ ਦੇ ਵਿੱਚ ਵਾਲਮੀਕ ਜਯੰਤੀ ਮਨਾਉਣ ਦੇ ਲਈ ਪਹੁੰਚੇ ਹੋਏ ਸਨ ਸ਼ੇਅਰ ਬਾਜ਼ਾਰ ਦੇ ਵਿੱਚ ਲਗਾਤਾਰ ਤੀਸਰੇ ਦਿਨ 500 ਪੁਆਇੰਟਾਂ ਦੀ ਕਮੀ ਵੇਖਣ ਨੂੰ ਮਿਲੀ ਹੈ ਸੈਂਸੈਕਸ 81000 ਪੁਆਇੰਟ ਪਹੁੰਚ ਗਿਆ ਹੈ ਗਰਾਵਟ ਕੁਝ ਵੱਡੀਆਂ ਕੰਪਨੀਆਂ ਦੇ ਖਰਾਬ ਨਤੀਜੇ ਤੇ ਕਮਾਂਤਰੀ ਬਾਜ਼ਾਰ ਵਿੱਚ ਛਾਈ ਮੰਦੀ ਤੋਂ ਬਾਅਦ ਵੇਖਣ ਨੂੰ ਮਿਲੀ ਹੈ ਸੋਨੇ ਨੇ ਅੱਜ ਇੱਕ ਹੋਰ ਰਿਕਾਰਡ ਬਣਾ ਦਿੱਤਾ ਹੈ 올 ਟਾਈਮ ਹਾਈ ਤੇ ਪਹੁੰਚ ਗਿਆ 10 ਗ੍ਰਾਮ 24 ਕੈਰਟ ਸੋਨੇ ਦਾ ਭਾਅ 160 ਰੁਪਏ ਵਧ ਗਿਆ ਹੈ ਤੇ ਹੁਣ ਸੋਨਾ 76713 ਰੁਪਏ ਪ੍ਰਤੀ 100 ਪ੍ਰਤੀ ਟੋਲੇ ਨੂੰ ਵਿਕ ਰਿਹਾ ਹੈ ਹਾਲਾਂਕਿ ਚਾਂਦੀ ਦੀ ਕੀਮਤ ਵਿੱਚ 943 ਦੀ ਕਮੀ ਵੇਖਣ ਨੂੰ ਮਿਲੀ ਹੈ ਚਾਂਦੀ 90568 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਹੈ ਹੁਣ ਜੇ ਘਾਟ ਹੀ ਹੁੰਦਾ ਹੁੰਦਾ ਹੈ ਕਿ ਸੋਨੇ ਦਾ ਰੇਟ ਵਧ ਜੇ ਤੇ ਚਾਂਦੀ ਦਾ ਘਟ ਜੇ ਜਾਂ ਚਾਂਦੀ ਜਾਂ ਚਾਂਦੀ ਦਾ ਵਧ ਜੇ ਤੇ ਸੋਨੇ ਦਾ ਘਟ ਜੇ ਦੋਨਾਂ ਦੇ ਇਕੱਠੇ ਵਾਧੇ ਘਟਦੇ ਹੁੰਦੇ ਨੇ ਫਾਜ਼ਿਲਕਾ ਦੇ ਪਿੰਡ ਕੁਬਾਇਆ ਦੇ ਵਿੱਚ ਅੱਜ 120 ਸਾਲਾ ਬੇਬੇ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ ਤੇ ਬੇਬੇ ਦੇ ਪਰਿਵਾਰ ਦੇ ਵੱਲੋਂ ਮਾਇਆ ਬਾਈ ਨੂੰ ਖੁਸ਼ੀ ਨਾਲ ਅੰਤਿਮ ਵਿਦਾਈ ਦਿੱਤੀ ਗਈ ਢੋਲ ਠਮਾਕੇ ਵਜਾ ਕੇ ਪਟਾਖੇ Páquio. ਪਰਿਵਾਰ ਨੇ ਮਾਇਆ ਬਾਈ ਦਾ ਅੰਤਿਮ ਸੰਸਕਾਰ ਕੀਤਾ ਮਾਇਆ ਬਾਈ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਉਮਰ 120 ਸਾਲ ਦੀ ਸੀ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਸੀ ਮ੍ਰਿਤਕ ਮਾਇਆ ਬਾਈ ਦੇ ਪੰਜ ਪੁੱਤ ਤੇ ਦੋ ਧੀਆਂ ਨੇ ਜੋ ਵਿਆਹੇ ਹੋਏ ਨੇ ਉਹਨਾਂ ਦੇ ਬੱਚੇ ਵੀ ਹਨ ਅੱਗੋਂ ਬੱਚਿਆਂ ਦੇ ਵੀ ਕਈਆਂ ਦੇ ਬੱਚੇ ਨੇ ਮ੍ਰਿਤਕ ਘਰਤ ਨੇ ਚੌਥੀ ਪੀੜੀ ਦੇ ਦਰਸ਼ਨ ਕਰਕੇ ਆਪਣੀ ਸੰਸਾਰਿਕ ਯਾਤਰਾ ਪੂਰੀ ਕੀਤੀ ਹੈ ਬੰਗਲੌਰੂ ਟੈਸਟ ਦੇ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਟੀਮ ਇੰਡੀਆ ਨੇ ਅਜਿਹਾ ਰਿਕਾਰਡ ਬਣਾਇਆ ਜਿਸ ਨੂੰ ਟੀਮ ਕਦੇ ਵੀ ਯਾਦ ਨਹੀਂ ਰੱਖਣਾ ਚਾਹੀਦੀ ਪੂਰੀ ਦੀ ਪੂਰੀ ਟੀਮ 46 ਦੌੜਾਂ ਦੇ ਨਾਲ ਆਲ ਆਊਟ ਹੋ ਗਈ ਇਸ ਤੋਂ ਪਹਿਲਾਂ 1 ਤੇ ਟੀਮ ਇੰਡੀਆ ਸਭ ਤੋਂ ਘੱਟ 75 ਦੌੜਾਂ ਤੇ ਆਊਟ ਹੋਈ ਸੀ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ ਦਾ ਫੈਸਲਾ ਲਿਆ ਸੀ ਨਿਊਜ਼ੀਲੈਂਡ ਵੱਲੋਂ ਮੈਟ ਹੈਨਰੀ ਨੇ ਪੰਜ ਵਿਕਟ ਝਟਕੀ ਜਦਕਿ ਵਿਲੀਅਮ ਉਰੂਕੇ ਨੇ ਚਾਰ ਵਿਕਟਾਂ ਲਾਈਆਂ